ਸਾਊਦੀ ਅਰਬ ਵਿਖੇ ਫਸੇ ਫਲੋਰ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਇੱਕ ਵੀਡੀਓ ਦੇ ਮਾਧਿਅਮ ਰਾਹੀਂ ਉਸ ਨੂੰ ਬਚਾਉਣ ਦੀ ਗੁਹਾਰ ਲਗਾਈ ਹੈ। ਨੌਜਵਾਨ ਵੱਲੋਂ ਜੋ ਵੀਡੀਓ ਸਾਊਦੀ ਅਰਬ ਤੋਂ ਪਾਈ ਗਈ ਹੈ ਉਸ ਵਿੱਚ ਉਹ ਕਹਿ ਰਿਹਾ ਹੈ ਕਿ ਉਹ 2016 ਵਿੱਚ ਇਲਾਕੇ ਦੇ ਦੋ ਲੋਕਾਂ ਦੁਆਰਾ ਸਿਕਿਉਰਿਟੀ ਗਾਰਡ ਦੇ ਕੰਮ ਦਾ ਕਹਿ ਕੇ ਸਾਊਦੀ ਅਰਬ ਭੇਜਿਆ ਗਿਆ ਸੀ, ਪਰੰਤੂ ਉੱਥੇ ਜਾਂਦਿਆਂ ਹੀ ਉਸ ਨੂੰ ਖੇਤੀ ਮਜ਼ਦੂਰ ਦਾ ਕੰਮ ਦੇ ਦਿੱਤਾ ਗਿਆ, ਜਿਸ ਦੇ ਪੈਸੇ 1.5 ਸਾਲ ਤੱਕ ਤਾਂ ਉਸ ਨੂੰ ਮਿਲਦੇ ਰਹੇ, ਪਰੰਤੂ ਪਿਛਲੇ 1.5 ਸਾਲ ਤੋਂ ਉਸ ਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਅਤੇ ਜਾਨੋਂ ਮਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਲਈ ਉਸਨੇ ਭਾਰਤ ਸਰਕਾਰ ਪਾਸੋਂ ਉਸ ਨੂੰ ਬਚਾਉਣ ਦੀ ਗੁਹਾਰ ਲਗਾਈ ਹੈ। ਪੀੜਤ ਨੌਜਵਾਨ ਦੇ ਭਰਾ ਨੇ ਵੀ ਸਰਕਾਰ ਪਾਸੋਂ ਉਹਨਾਂ ਦੀ ਮਦਦ ਦੀ ਅਪੀਲ ਕੀਤੀ ਹੈ। ਇਹ ਮੇਰਾ ਨਾਮ ਆਸ਼ਿਕ, ਮੈਂ ਫਲੋਰ ਸ਼ਾਹ ਜ਼ਿਲ੍ਹਾ ਜਿੰਦਰ ਪੰਜਾਬ ਦਾ ਰਹਿਣ ਵਾਲਾ ਵਾਂ ਅਤੇ 3 ਸਾਲ ਹੋ ਗਏ ਮੈਨੂੰ ਸਾਊਦੀ ਰਿਆਦ ਵਿੱਚ ਆਏ ਨੂੰ। ਮੈਨੂੰ ਆਪਣੇ ਹੀ ਮਹੱਲੇ ਦੇ 2 ਸਕੇ ਭਰਾਵਾਂ ਚੰਦਰ ਕੁਮਾਰ ਅਤੇ ਪਵਨ ਕੁਮਾਰ ਨੇ ਭੇਜਿਆ ਜੀ, ਅਤੇ ਇਹ ਕਹਿ ਕੇ ਵੀ ਸਿਕਿਉਰਿਟੀ ਗਾਰਡ ਦਾ ਕੰਮ ਆ ਅਤੇ ਪੈਸੇ ਵੀ ਵਧੀਆ ਵਾ, 1200-1300 ਰੁਪਇਆ ਤਨਖਾਹ ਮਿਲੂੰਗੀ, ਅਤੇ ਉਹਦੇ ਵਿਸ਼ਵਾਸ ਕਰਕੇ ਅਸੀਂ ਆ ਗਏ ਅਤੇ ਇੱਥੇ ਆ ਕੇ ਕਹਾਣੀ ਹੀ ਹੋਰ ਨਿਕਲੀ। ਕੰਮ ਮਾਜਰੇ ਦਾ ਨਿਕਲਿਆ ਅਤੇ ਲੇਬਰ ਮਜ਼ਦੂਰੀ ਵਾਲਾ ਕੰਮ ਆ, ਚਲੋ ਕੰਮ ਮੈਂ ਕਰਦਾ ਰਿਹਾ ਅਤੇ 3 ਸਾਲ ਤੋਂ ਮੈਂ ਕੰਮ ਕਰਦਾ ਰਿਹਾ, ਪਰ 1.5 ਸਾਲ ਹੋ ਗਿਆ ਮੈਨੂੰ ਤਨਖਾਹ ਮਿਲੀ ਨੂੰ। ਜੇ ਮੈਂ ਪੈਸੇ ਦਾ ਕਹਿੰਦਾ ਵਾਂ ਤਾਂ ਮੈਨੂੰ ਜ਼ੁਲਮ ਕਰਦੇ ਆ, ਅਤੇ ਮੈਨੂੰ ਕਹਿੰਦੇ ਤੇਰੀ ਕਬਰ ਇੱਥੇ ਬਣਾਉਣੀ ਆ, ਛੁੱਟੀ ਦਾ ਕੋਈ ਨਾਮੋ ਨਿਸ਼ਾਨ ਨਹੀਂ। ਅਤੇ ਜਦੋਂ ਇਹਨਾਂ ਦੋਨਾਂ ਵਿੱਚ ਇੱਕ ਭਰਾ ਚੰਦਰ ਜਦੋਂ ਆਇਆ ਸੀ ਫਲੋਰ ਛੁੱਟੀਆਂ 'ਤੇ, ਅਤੇ ਮੇਰੇ ਘਰਦਿਆਂ ਨੇ ਉਹ ਇੱਕ ਉਮੀਦ ਦੇ ਤੌਰ 'ਤੇ ਪੈਸੇ ਵੀ ਦਿੱਤੇ ਵੀ ਚਲੋ ਪੈਸੇ ਲੈ ਲੂੰਗਾ ਅਤੇ ਹੁਣ ਮੇਰੇ ਭਰਾ ਸਾਡੇ ਮੁੰਡੇ ਨੂੰ ਮਤਲਬ ਕਿ ਕਢਵਾ ਲਊਂਗਾ, ਪਰ ਉੱਧਰੋਂ ਵੀ ਕੋਈ ਉਮੀਦ ਨਹੀਂ ਹੈ। ਇਸ ਕਰਕੇ ਮੈਂ ਬੜੀ ਬਹੁਤ ਹਾਰ ਕੇ ਆ ਵੀਡੀਓ ਬਣਾਈ ਹੈ, ਹਿੰਮਤ ਹਾਰ ਕੇ, ਯਾਨੀ ਕਿ ਹੁਣ ਕੋਈ ਰਾਸਤਾ ਨਜ਼ਰ ਨਹੀਂ ਆ ਰਿਹਾ। ਅੰਬੈਸੀ ਵੀ 4-5 ਮਹੀਨੇ ਹੋ ਗਏ ਸ਼ਿਕਾਇਤ ਕੀਤੀ ਨੂੰ, ਕੋਈ ਵੀ ਕਾਰਵਾਈ ਨਹੀਂ। ਸੋ ਪਲੀਜ਼ ਰਿਕੁਐਸਟ ਆ ਭਾਈ, ਆ ਵੀਡੀਓ ਕਿਸੇ ਤਰ੍ਹਾਂ ਸਰਕਾਰ ਦਾ ਬਚਾਓ, ਜਾਂ ਕਿ ਮੇਰੀ ਮਦਦ ਹੋ ਸਕੇ, ਦੋ ਰਾਸਤੇ ਆ, ਕਿਸੇ ਤਰ੍ਹਾਂ ਇੰਡੀਆ ਬੁਲਾ ਲਓ ਜਾਂ ਮੈਂ ਮੌਤ ਨੂੰ ਗਲੇ ਲਵਾ ਲਵਾਂ, ਹੋਰ ਕੋਈ ਰਾਸਤਾ ਨਹੀਂ ਹੈਗਾ। 1.5 ਸਾਲ ਤੋਂ 1 ਪੈਸਾ ਨਹੀਂ, ਉੱਪਰੋਂ ਜ਼ੁਲਮ ਹੁੰਦੇ ਪਏ ਆ। ਸੋ ਪਲੀਜ਼ ਮੈਂ ਬਹੁਤ ਹੀ ਪਰੇਸ਼ਾਨ ਹਾਂ, ਮੇਰੀ ਹੈਲਪ ਕਰੋ, ਠੀਕ ਹੈ ਜੀ। ਪਰ ਮੇਰਾ ਭਰਾ ਜਿੱਦਾਂ ਵਾ ਸਾਊਦੀ ਅਰਬ 3 ਸਾਲ ਪਹਿਲਾਂ 2016 ਦੇ ਵਿੱਚ ਗਿਆ ਸੀਗਾ, ਅਤੇ ਚੰਦਰ ਅਤੇ ਪਵਨ ਸਾਡੇ ਜਿਹੜੇ ਗੁਆਂਢੀ ਆ ਇਹ ਉਹਨੂੰ ਲੈ ਕੇ ਗਏ ਸੀਗੇ, ਵੀ ਚੰਦਰ ਨੇ ਉਹਨੂੰ ਝਾਂਸਾ ਦਿੱਤਾ, ਕਹਿੰਦਾ ਵੀ ਉੱਥੇ ਤੂੰ ਮਤਲਬ ਵੀ 25,000 ਰੁਪਈਆ ਤੇਰੀ ਸੈਲਰੀ ਹੋਊਗੀ ਅਤੇ ਸਿਕਿਉਰਿਟੀ ਗਾਰਡ ਦੀ ਨੌਕਰੀ ਹੋਊਗੀ, ਲਿਖਣ ਪੜ੍ਹਨ ਵਾਲਾ ਕੰਮ ਆ, ਅਤੇ ਇੱਧਰ ਮਤਲਬ ਵੀ ਉਹ ਕਲਿੰਕਾ 'ਚ ਕੰਮ ਕਰਦਾ ਸੀ, ਬਿਸਕੁਟ ਦੀ ਫੈਕਟਰੀ 'ਚ BA ਉਹਨੇ ਕੀਤੀ ਸੀਗੀ, ਅਤੇ ਇਹ ਕਹਿੰਦਾ ਤੂੰ ਪੜ੍ਹਿਆ ਲਿਖਿਆ ਹੈਗਾ ਇੱਥੇ ਕੀ ਕਰਦਾ, ਵੀ ਉੱਥੇ ਚੱਲ ਹੈ ਨਾ, ਵੀ ਉੱਥੇ ਵਧੀਆ ਕੰਮ ਆ, ਅਤੇ ਉਹਦੇ ਝਾਂਸੇ 'ਚ ਆ ਕੇ ਉਹ ਉੱਧਰ ਸਾਊਦੀ ਅਰਬ 2016 'ਚ ਚਲਾ ਗਿਆ। ਉਸ ਤੋਂ ਬਾਅਦ ਜਦੋਂ ਗਿਆ ਅਤੇ ਉਹਨੇ ਸਾਨੂੰ ਕਾਲ ਕੀਤੀ, ਫੋਨ ਲੈ ਕੇ ਗਿਆ ਸੀਗਾ, ਕਹਿੰਦਾ ਵੀ ਉੱਥੇ ਖੇਤੀਬਾੜੀ ਦਾ ਕੰਮ ਆ ਜੀ, ਬੱਕਰੀਆਂ ਮੱਝਾਂ ਗਾਵਾਂ, ਅਤੇ ਤਨਖਾਹ ਨਹੀਂ, 1.5 ਸਾਲ ਹੋ ਗਏ ਤਨਖਾਹ ਨਹੀਂ ਮਿਲਦੀ, ਜਾਂ ਤਾਂ ਫੋਨ ਖੋਲ੍ਹ ਲਿਆ ਸੀਗਾ 6 ਮਹੀਨੇ 'ਚ, ਕਹਿੰਦਾ ਵੀ ਤਨਖਾਹ ਨਹੀਂ ਮਿਲਣੀ ਤੂੰ ਕੰਮ ਕਰ ਹੈ ਨਾ, ਵੀ ਤਨਖਾਹ ਤੂੰ ਨਾ ਮੰਗ। ਸਾਡੇ ਕਿਲੋ ਦਾ ਭਾਅ ਸੀਗਾ ਜੀ, ਹੁਣ 37 ਕਿਲੋ ਭਾਅ ਰਹਿ ਗਿਆ ਉਹਦਾ ਭਾਈ। ਹਾਂਜੀ, DSP ਦਫ਼ਤਰ ਅਸੀਂ ਕੀਤੀ ਹੈ, ਬਲਦੇਵ ਸਿੰਘ ਖਹਿਰਾ ਨੂੰ ਵੀ ਅਸੀਂ ਮਿਲੇ ਸੀਗੇ, ਉਹਨਾਂ ਨੇ ਸਾਨੂੰ ਅਸੀਂ